ਸਤਿ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋਟਕਪੂਰਾ ਅੱਜ 24 ਜੁਲਾਈ ਦਿਨ ਬੁੱਧਵਾਰ ਸਵੇਰ ਦੇ ਕਰੀਬ 7:30 ਵਜੇ ਮਿਊਨਿਸਪਲ ਪਾਰਕ ਕੋਟਕਪੂਰਾ 'ਚ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਨੇ ਸ਼ਹਿਰ ਦੀਆਂ ਮੁਸ਼ਕਲਾਂ ਸਮੱਸਿਆਵਾਂ ਚੁਣੌਤੀਆਂ ਅਤੇ ਪਰੇਸ਼ਾਨੀਆਂ ਨੂੰ ਇਸ ਮੰਚ ਤੋਂ ਜ਼ਿਕਰ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਅਤੇ ਸਰਕਾਰ ਤੱਕ ਪਹੁੰਚਾਉਣ ਦੀ ਜਿਹੜੀ ਮੁਹਿੰਮ ਵਿੱਢੀ ਹੈ ਉਸ ਮੁਹਿੰਮ ਤਹਿਤ ਸਾਨੂੰ ਸਫਲਤਾ ਮਿਲਦੀ ਪ੍ਰਤੀਤ ਹੋ ਰਹੀ ਹੈ ਕਿਉਂਕਿ ਸ਼ਹਿਰ ਦੇ ਵਿੱਚ ਜਿਹੜਾ ਗੰਧਲਾ ਪਾਣੀ ਆਉਂਦਾ ਸੀ ਉਹਦੇ ਬਾਰੇ ADC ਸਰਦਾਰ ਗੁਰਜੀਤ ਸਿੰਘ ਜੀ ਕੱਲ੍ਹ ਆਪਣੀ ਸਾਰੀ ਟੀਮ ਨਾਲ ਆਏ ਘਰ ਘਰ ਜਾ ਕੇ ਉਹਨਾਂ ਨੇ ਚੈੱਕ ਕੀਤਾ ਵੀ ਕਿੱਥੇ ਕਿੱਥੇ ਗੰਧਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਕੰਪਨੀ ਦੇ ਅਧਿਕਾਰੀਆਂ ਨੂੰ 48 ਘੰਟੇ ਦਾ ਅਲਟੀਮੇਟਮ ਦੇ ਕੇ ਉਹਨਾਂ ਨੇ ਇਹ ਗੱਲ ਕਹਿਤੀ ਹੈ ਵੀ ਜੇਕਰ 48 ਘੰਟਿਆਂ ਬਾਅਦ ਰੱਤੀ ਭਰ ਵੀ ਕੋਈ ਨੁਕਸ ਰਹਿ ਗਿਆ ਤਾਂ ਤੁਹਾਡਾ ਸਮਝੌਤਾ ਕੈਂਸਲ ਕਰ ਦਿੱਤਾ ਜਾਊਗਾ ਉਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਹਾਂ ਬਈ ਬਹੁਤ ਵਧੀਆ ਕੀਤਾ ਇਹ ਆਪਾਂ ਸ਼ੁਰੂਆਤ ਹੀ ਕਰੀਏ ਸਾਡੇ ਪ੍ਰਧਾਨ ਜੀ ਨੇ ਐਡਵੋਕੇਟ ਗੁਰਬਚਨ ਸਿੰਘ ਟੋਨੀ ਉਹ ਦੱਸਣਗੇ ਬਈ ADC ਗੁਰਜੀਤ ਸਿੰਘ ਜੀ ਦੀ ਅਗਵਾਈ ਵਾਲੀ ਟੀਮ ਨੇ ਕੀ ਕੀਤਾ ਇੱਥੇ ਬਹੁਤ ਹੀ ਵਧੀਆ ਪਹਿਲਾਂ ਤਾਂ ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਨਾਲ ਦੀ ਨਾਲ ਇਮੀਜੀਏਟੀ ਐਕਸ਼ਨ ਦੇ ਵਿੱਚ ਆ ਕੇ ਸਾਰੀ ਇਹ ਕਾਰਵਾਈ ਕਰਾਈ ਨੰਬਰ 2 ਏਡੀ ਸਾਹਿਬ ਖੁਦ ਆਪ ਆਏ ਕੋਟਕਪੂਰਾ ਸ਼ਹਿਰ ਦੇ ਵਿੱਚ ਸਾਰੇ ਘਰ ਘਰ ਗਏ ਸਾਰਿਆਂ ਪਾਣੀਆਂ ਬਾਰੇ ਜਾਣਕਾਰੀ ਲਈ ਅੱਜ ਪਾਣੀ ਬਹੁਤ ਜ਼ਿਆਦਾ ਹੀ ਸਾਫ਼ ਆਇਆ ਚਲੋ ਇਸ ਕਰਕੇ ਅਸੀਂ ਜ਼ਿਲ੍ਹਾ ਅਥਾਰਟੀ ਦਾ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਦਾ ਸਾਰਿਆਂ ਦੇ ਧੰਨਵਾਦੀ ਹਾਂ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਾਂ ਅਤੇ ਉਹਨਾਂ ਦੇ OSD ਸੰਦੀਪ ਸਿੰਘ ਬਰਾੜ ਦੇ ਧੰਨਵਾਦੀ ਹਾਂ ਜਿਨ੍ਹਾਂ ਨੂੰ ਅਸੀਂ ਕੈਸਟ ਪਾਈ ਉਹਨਾਂ ਨੇ ਨਾਲ ਦੀ ਨਾਲ ਇਮੀਜੀਏਟ ਐਕਸ਼ਨ ਲਿਆ ਬਹੁਤ ਹੀ ਵਧੀਆ ਹੋਇਆ ਨਹੀਂ ਜਿਹੜਾ ਨਾਲ ਦੀ ਨਾਲ ਸਾਫ਼ ਪਾਣੀ ਆਉਣ ਲੱਗ ਗਿਆ ਇਹਦਾ ਮਤਲਬ ਜਾਣ ਬੁੱਝ ਕੇ ਸਾਨੂੰ ਗੰਦਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਸੀ ਕੁਛ ਇਹੋ ਜਿਹਾ ਸੀ ਕਿ ਜਿਹੜਾ ਸੀਵਰੇਜ ਦਾ ਪਾਣੀ ਨੇ ਅਸੀਂ ਕਿਹਾ ਜਿਹੜਾ ਸੀਵਰੇਜ ਦੇ ਪਾਣੀ ਦਾ ਨਿਕਾਸ ਸੀ ਦੇਵੀ ਵਾਲਾ ਰੋਡ ਨੂੰ ਜਾਂਦਾ ਉਹਦੀਆਂ ਉਹ ਮੋਟਰਾਂ ਸਿਰਫ 8 ਘੰਟੇ ਚੱਲਿਆ ਕਰਦੀਆਂ ਉਹ ਅਣਗਹਿਲੀ ਕਰਕੇ ਸਾਨੂੰ ਉਹਦਾ ਸਾਨੂੰ ਖੁਆਜਾ ਭੁਗਤਣਾ ਪਿਆ ਪਰ ਹੁਣ ਉਹ 24 ਘੰਟੇ ਜਾਂ 22 ਘੰਟੇ ਮੋਟਰਾਂ ਚੱਲਣ ਨਾਲ ਜਿਹੜਾ ਸੀਵਰੇਜ ਦਾ ਗੰਧਲਾ ਪਾਣੀ ਸੀ ਉਹ ਸਾਰਾ ਬਾਹਰ ਦੇਵੀ ਵਾਲਾ ਰੋਡ ਵਾਲੇ ਡਰੇਨ ਦੇ ਵਿੱਚ ਪੈ ਗਿਆ ਅਸੀਂ ਜ਼ਿਲ੍ਹਾ ਮੈਜਿਸਟਰ ਆਪਣੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਅਤੇ SDM ਕੋਟਕਪੂਰਾ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਪਰਸਨਲੀ ਇਸ ਨੂੰ ਹੈਡਕ ਲੈ ਕੇ ਇਸ ਕੰਮ ਨੂੰ ਸਿਰੇ ਨਿਭਾਇਆ ਮਿਹਰਬਾਨੀ ਹਾਂਜੀ ਗੋਂਦਾ ਗੇਰਾ ਜੀ ਬਸ ਠੀਕ ਹੈ ਜੀ ਬਹੁਤ ਅੱਜ ਪਾਣੀ ਕਿਵੇਂ ਆਇਆ ਜੀ ਬਹੁਤ ਸਾਫ਼ ਆਇਆ ਸਾਫ਼ ਆ ਮਿਹਰਬਾਨੀ ਹਾਂਜੀ ਨੰਬਰਦਾਰ ਸਾਹਿਬ ADC ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ADC ਸਾਹਿਬ ਦਾ ਅਤੇ SDM ਕੋਟਕਪੂਰਾ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਉਪਰਾਲੇ ਵਧੀਆ ਹਾਂ ਮਿਹਰਬਾਨੀ ਮਿਹਰਬਾਨੀ ਬਹੁਤ ਧੰਨਵਾਦ ਜੀ ਅੱਜ ਪਾਣੀ ਕਿਵੇਂ ਆ ਜੀ ਬਹੁਤ ਠੀਕ ਸੀ ਅੱਜ ਜੀ ADC ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਇੰਨਾ ਕੁਇਕ ਐਕਸ਼ਨ ਲੈ ਕੇ ਜਿਹੜਾ ਲੋਕਾਂ ਨੂੰ ਤੁਸੀਂ ਇੱਕ ਚੰਗਾ ਪਾਣੀ ਮੁਹੱਈਆ ਕਰਵਾਇਆ ਮੇਰੀ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਇਹ ਡੰਡਾ ਆਪਦੇ ਹੱਥ 'ਚ ਹੀ ਰੱਖਣਾ ਕਿਉਂਕਿ ਇਹ ਜਿਹੜੇ ਅਧਿਕਾਰੀ ਹੈ ਨਾ ਡੰਡੇ ਨਾਲ ਹੀ ਚੱਲਣਗੇ ਬਿਲਕੁਲ ਸਹੀ ਇਹ ਅਵੇਸਲੇ ਨਹੀਂ ਹੋਣਾ ਸਾਡੀ ਬੇਨਤੀ ਸਵੀਕਾਰ ਕਰਨਾ ਬਿਲਕੁਲ ਸਹੀ ਇਹਨਾਂ ਨਾਲ ਜਵਾਂ ਸਹਿਮ ਤਾਂ ਜੀ ਬਿਲਕੁਲ ਸਹੀ ਅੱਜ ਇਹ ਕੰਟੀਨਿਊ ਪਾਣੀ ਸਾਫ਼ ਆਉਂਦਾ ਰਹੇ ਤਾਂ ਬਹੁਤ ਵਧੀਆ ਗੱਲ ਹੈ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਸਹੀ ਬਿਲਕੁਲ ਬਹੁਤ ਧੰਨਵਾਦੀ ਹੈ ਪ੍ਰਸ਼ਾਸਨ ਦੇ ਬਿਲਕੁਲ ਬਹੁਤ ਜ਼ਿਆਦਾ ਅੱਛਾ ਅੱਜ ਪ੍ਰੇਮ ਨਗਰ 'ਚ ਕਿਵੇਂ ਆਇਆ ਪ੍ਰੇਮ ਨਗਰ ਠੀਕ ਆਇਆ ਜੀ ਅੱਜ ਠੀਕ ਆਇਆ ਜੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਹੜਾ ਕਿ ਸਾਨੂੰ ਸਾਫ਼ ਸੁਥਰਾ ਪਾਣੀ ਤੁਹਾਡਾ ਕਿਹੜਾ ਇਲਾਕਾ ਸਾਡਾ ਲੱਭੂਰਾਮ ਵਾਲੀ ਗਲੀ ਲੱਭੂਰਾਮ ਵਾਲੀ ਗਲੀ 'ਚ ਕਿਵੇਂ ਆਇਆ ਅੱਜ ਪਾਣੀ ਸਾਫ਼ ਸੀ ਅੱਜ ਸਾਫ਼ ਆਇਆ ਪਹਿਲੇ ਦਿਨ ਕਿੰਨੇ ਚਿਰ ਬਾਅਦ 3 ਮਹੀਨਿਆਂ ਬਾਅਦ ਅੱਜ ਪਹਿਲੀ ਵਾਰ ਸਾਫ਼ ਆਇਆ ਪਾਣੀ ADC ਸਾਹਿਬ ਔਰ ਪ੍ਰਸ਼ਾਸਨ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ ਜਿਨ੍ਹਾਂ ਨੇ ਕੁਇਕ ਐਕਸ਼ਨ ਲੈ ਕੇ ਸਾਡੇ ਵਾਸਤੇ ਸਾਫ਼ ਪਾਣੀ ਦੀ ਸਪਲਾਈ ਸ਼ੁਰੂ ਕਰਾਈ ਅੱਜ ਪਾਣੀ ਕਿਵੇਂ ਆਇਆ ਅੱਜ ਪਾਣੀ ਠੀਕ ਆ ਰਿਹਾ ਜੀ ਸ਼ਹੀਦ ਭਗਤ ਸਿੰਘ ਰੋਡ ਤੇ ਠੀਕ ਆ ਰਿਹਾ ਬਹੁਤ ਠੀਕ ਆ ਰਿਹਾ ਠੀਕ ਹੈ ਮਿਹਰਬਾਨੀ ਨਰੂਲਾ ਧੰਨਵਾਦ ਜੀ ਤੁਹਾਡਾ ਫੌਜੀ ਰੋਡ ਜੀ ਸਾਫ਼ ਆ ਪਾਣੀ ਅੱਜ ਬਿਲਕੁਲ ਠੀਕ ਹੈ ਪਹਿਲਾਂ ਕਿਵੇਂ ਹੁੰਦਾ ਜੀ ਪਹਿਲਾਂ ਤਾਂ ਖਰਾਬ ਹੀ ਸੀ ਪਹਿਲਾਂ ਗੰਦਾ ਸੀ ਬਹੁਤ ਬਹੁਤ ਧੰਨਵਾਦ ਜੀ ਕਿਹੜਾ ਇਲਾਕਾ ਜੀ ਆਪਣਾ ਲਾਜਪਤ ਨਗਰ ਹੈ ਜੀ ਲਾਜਪਤ ਨਗਰ ਅੱਜ ਸਾਫ਼ ਆਇਆ ਐਸੇ ਅਫਸਰਾਂ ਦੇ ਮੈਂ ਬਹੁਤ ਬਹੁਤ ਧੰਨਵਾਦ ਦੀ ਆ ਜਿਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਸਾਫ਼ ਆਇਆ ਪਾਣੀ ਬਹੁਤ ਪਾਣੀ ਸਾਫ਼ ਹਾਂਜੀ ADC ਸਾਹਿਬ ਨੂੰ ਬੜੀ ਮਿਹਰਬਾਨੀ ਜਿਵੇਂ ਪਾਣੀ ਸਾਫ਼ ਆਇਆ ਲੇਕਿਨ ਸਾਡੀ ਇੱਕ ਬੇਨਤੀ ਹੋਰ ਹੈ ਲਾਜਪਤ ਨਗਰ 'ਚ ਸੀਵਰੇਜ ਦਾ ਪਾਣੀ ਬਹੁਤ ਗੰਦਾ ਖੜਾ ਹੈਗਾ ਬਹੁਤ ਮੱਛਰਾਂ ਦੀ ਭਰਮਾਰ ਹੋਈ ਪਈ ਹੈ ਇਸ ਕਰਕੇ ਸਾਡੀ ਬੇਨਤੀ ਹੈ ਕਿ ਉਹ ਵੀ ਸਫਾਈ ਕਰਾਈ ਜਾਵੇ ਹਾਂ ਉਹ ਵੀ ਮੁਸ਼ਕਲ ਦੀ ਸਮੱਸਿਆ ਹੱਲ ਕੀਤੀ ਜਾਵੇ ਹਾਂਜੀ ਮੈਂ ਹੀਰਾ ਸਿੰਘ ਨਗਰ ਦਾ ਰਹਿਣ ਵਾਲਾ ਅੱਗੇ ਨਾਲੋਂ ਸੁਧਾਰ ਹੈ ADC ਸਾਹਿਬ ਦਾ ਧੰਨਵਾਦ ADC ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿਹੜਾ ਇਲਾਕਾ ਪ੍ਰਤਾਪ ਨਗਰ ਜੀ ਠੀਕ ਹੈ ਹਾਂਜੀ 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 ਮੈਂ ਜੀ ਸਿੱਖਾਂ ਰੋਡ 'ਤੇ ਟੈਂਡਰੀ ਦੇ ਬੈਕ ਸਾਈਡ 'ਤੇ ਇਸ਼ੂ ਮਾਰ ਸਕੂਲ ਦੇ ਕੋਲ ਰਹਿੰਦਾ ਕੱਲ੍ਹ ਪਾਣੀ ਆਇਆ ਥੋੜ੍ਹਾ ਸਾਫ਼ ਆ ਪਰ ਜੋ ਸਮੈਲ ਆ ਰਹੀ ਹੈ ਮੈਂ ADC ਸਾਹਿਬ ਨੂੰ ਹੋਰ ਬੇਨਤੀ ਕਰ ਰਿਹਾ ADC ਸਾਹਿਬ ਨੂੰ ਵੀ ਜਿਹੜੀਆਂ ਸਾਡੀਆਂ ਸੀਵਰੇਜ ਦੀਆਂ ਪਾਈਪਾਂ
ਤੋੜੀਆਂ ਸੀਗੀਆਂ ਵਾਰ ਵਾਰ ਕਹਿਣ 'ਤੇ ਇੱਕ ਮਹੀਨਾ ਹੋ ਗਿਆ ਉਹ ਠੀਕ ਨਹੀਂ ਕਰ ਰਹੇ ਉਹ ਕਿਰਪਾ ਕਰਕੇ ਉਹਨਾਂ ਨੂੰ ਆਰਡਰ ਦਿੱਤੇ ਜਾਣ ਵੀ ਤੁਰੰਤ ਠੀਕ ਕੀਤੇ ਜਾਣ ਤਾਂ ਕਿ ਸਾਡਾ ਜਿਹੜਾ ਪਾਣੀ ਹੋਰ ਸਾਫ਼ ਆਏ ਉਹਦੀ ਸਮੈਲ ਆ ਜਿਹੜੀ ਆ ਰਹੀ ਉਹ ਖਤਮ ਹੋ ਸਕੇ ਠੀਕ ਅਸੀਂ ਇਸ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਹੁਣ ਜਿਹੜਾ ਪਾਣੀ ਜਿਹੜਾ ਆਪਣੇ ਬੱਤੀਆਂ ਚੌਕ ਸੀ ਇੱਧਰ ਸਾਫ਼ ਆਇਆ ਔਰ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਵੀ ਜੋ ਸਰਕਾਰੀ ਸ਼ੌਚਾਲਿਆ ਬਣੇ ਹੈ ਵੀ ਇਹਨਾਂ 'ਤੇ ਵੀ ਡਿਊਟੀ ਲਾਈ ਜਾਵੇ ਅਤੇ ਇਹਨਾਂ ਨੂੰ ਡੇਲੀ ਸਾਫ਼ ਕੀਤਾ ਤੁਹਾਡੇ ਅੱਜ ਸਾਫ਼ ਆਇਆ ਪਾਣੀ ਹਾਂ ਸਾਫ਼ ਆਇਆ ਕਿੱਥੇ ਰਹਿ ਤੁਹਾਡੇ ਸਾਡੇ ਆ ਬੱਤੀ ਵਾਲੇ ਚੌਕ ਭੋਲੇ ਠੇਕਾ ਗਲੀ 'ਚ ਅਤੇ ਪਹਿਲਾਂ ਕਿਵੇਂ ਆਉਂਦਾ ਸੀ ਪਹਿਲੇ ਬਹੁਤ ਜ਼ਿਆਦਾ ਗੰਦਾ ਆਉਂਦਾ ਸੀ ਸਮੈਲ ਮਾਰਦਾ ਸੀ ਅਤੇ ਬੇਨਤੀ ਇਹ ਹੈ ਵੀ ਇਹ ਜਿਹੜੇ ਸ਼ੌਚਾਲਿਆ ਬਣਿਆ ਇਹਨਾਂ 'ਤੇ ਵੀ ਡਿਊਟੀ ਲਾਈ ਜਾਵੇ ਠੀਕ ਹੈ ਹਾਂਜੀ ਟੀਟੂ ਜੀ ਹਾਂਜੀ ਅੱਜ ਲਾਜਪਤ ਨਗਰ ਅੱਜ ਪਹਿਲਾ ਦਿਨ ਹੈ ਜੀ ਜਿਹੜਾ ਪਾਣੀ ਸਾਫ਼ ਆਇਆ ਐਤਵਾਰ ਨੂੰ ਤਾਂ ਜਮ੍ਹਾਂ ਗਾਰੇ ਵਰਗਾ ਪਾਣੀ ਸੀਗਾ ਜਿਹਨੂੰ ਦੇਖਣ ਨੂੰ ਕਿੰਨੇ ਚਿਰ ਤੋਂ ਮਾੜਾ ਪਾਣੀ ਆ ਰਿਹਾ ਤੁਹਾਡੇ ਇਹ 3 ਮਹੀਨੇ ਤੋਂ ਜ਼ਿਆਦਾ ਹੋ ਗਿਆ ਜੀ ਮਾੜਾ ਆ ਰਿਹਾ ਹਾਂਜੀ ਮਾੜਾ ਪਾਣੀ ਆ ਰਿਹਾ ਜੀ ਕੱਲ੍ਹ ਗੁਪਤਾ ਸਟੇਟ ਤੋਂ ਜੀ ਅੱਜ ਪਾਣੀ ਠੀਕ ਆਇਆ ਪਹਿਲਾਂ ਤਾਂ ਬਹੁਤ ਗੰਦਲਾ ਸੀ ਬਾਕੀ ਇੱਕ ਕਿਹੜੇ ਪਾਸੇ ਰਹਿੰਦੇ ਗੁਪਤਾ ਸਟੇਟ ਹੈ ਜੀ ਗੁਪਤਾ ਸਟੇਟ ਫੌਜੀ ਰੋਡ ਕੋਟਕਪੂਰਾ ਇੱਕ ਬੇਨਤੀ ਹੈ ਜੀ ਅਵਾਰੇ ਪਸ਼ੂਆਂ ਦਾ ਵੀ ਇੰਤਜ਼ਾਮ ਕੀਤਾ ਜਾਵੇ ਤਾਂ ਬਹੁਤ ਮੈਂ ਅੱਜ ਤਾਂ ਗੰਦਲੇ ਪਾਣੀ ਬਾਰੇ ਗੱਲ ਹੋ ਰਹੀ ਹੈ ਨਾ ਡਾਕਟਰ ਹਰਪਾਲ ਵਾਲੀ ਗਲੀ 'ਚ ਰਹਿਣਾ ਹੈ ਜੀ ਅੱਜ ਪਾਣੀ ਬਹੁਤ ਸਾਫ਼ ਹੈ ਮੈਂ ਡਾਕਟਰ ਹਰਪਾਲ ਵਾਲੀ ਗਲੀ ਜੈਤੋ ਰੋਡ ਕੋਟਕਪੂਰਾ ਹਾਂਜੀ ਜੀ ਅਤੇ ਮੈਂ ਐਡਮਿਨਿਸਟ੍ਰੇਸ਼ਨ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਕਿ ਜਿਹਨਾਂ ਨੇ ਮਤਲਬ ਗੁੱਡ ਮੋਰਨਿੰਗ ਕਲੱਬ ਵੱਲੋਂ ਉਠਾਏ ਚੁੱਕੇ ਗਏ ਕਦਮ ਸਫਾਈ ਬਾਰੇ ਪਾਣੀ ਬਾਰੇ ਹੋਰ ਬਾਰੇ ਮਤਲਬ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੀ ਗੱਲ ਧਿਆਨ ਨਾਲ ਸੁਣੀ ਕਿੰਨੇ ਚਿਰ ਤੋਂ ਮਾੜਾ ਪਾਣੀ ਆ ਰਿਹਾ ਸੀ 2 ਮਹੀਨੇ ਤੋਂ ਗੰਦਾ ਪਾਣੀ ਆ ਰਿਹਾ ਬਹੁਤ ਗੰਦਾ ਸੀ ਅੱਜ ਪਹਿਲੇ ਦਿਨ ਮਤਲਬ ਪਾਣੀ ਸਾਫ਼ ਆਇਆ ਹੈ ਜੀ ਅਤੇ ਮੈਂ ਬਹੁਤ ਬਹੁਤ ਗੁੱਡ ਮੋਰਨਿੰਗ ਕਲੱਬ ਦਾ ਬਹੁਤ ਧੰਨਵਾਦੀ ਹਾਂ ਜਿਹਨਾਂ ਨੇ ਇਹ ਸਟੈਪ ਚੁੱਕਿਆ ਅਤੇ ਐਡਮਿਨਿਸਟ੍ਰੇਸ਼ਨ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਕਲੱਬ ਦੀ ਗੱਲ ਸੁਣ ਕੇ ਅਮਲ ਕੀਤਾ ਅੱਗੇ ਨੂੰ ਮੈਂ ਆਸ ਕਰਦਾ ਵੀ ਐਡਮਿਸ਼ਨ ਆਪਣੇ ਆਪ ਹੀ ਕੰਮ ਜਾਰੀ ਰੱਖਾਂ ਹਾਂਜੀ ਬਾਕੀ ਧੰਨਵਾਦ ਸਾਫ਼ ਹੈ ਪਾਣੀ ਕਿਹੜੇ ਮਹੱਲੇ ਰਹਿੰਦੇ ਹੋ ਰਾਮਗੜੀਆ ਮਹੱਲੇ ਰਾਮਗੜੀਆ ਮਹੱਲੇ ਪਹਿਲਾਂ ਕਿਵੇਂ ਆਉਂਦਾ ਸੀ ਪਹਿਲਾਂ ਤਾਂ ਖਰਾਬ ਹਾਂ ਅੱਜ ਜਮ੍ਹਾਂ ਸਾਫ਼ ਆਇਆ ਹਾਂ ਚੀਫ ਸਾਹਿਬ ਮੈਂ ਜਲਾਲਿਆਂ ਰੋਡ 'ਤੇ ਰਹਿੰਦਾ ਜੀ ਜੀ ਅਤੇ ਅੱਜ ਪਾਣੀ ਸਾਫ਼ ਆਇਆ ਪਹਿਲਾਂ ਬਹੁਤ ਗੰਦਾ ਆਉਂਦਾ ਸੀਗਾ ਜੀ ਅਤੇ ਮੈਂ ਪ੍ਰਸ਼ਾਸਨ ਦਾ ਧੰਨਵਾਦੀ ਹਾਂ ਪਹਿਲਾਂ ਕਿੰਨਾ ਚਿਰ ਗੰਦਾ ਆਉਂਦਾ ਰਿਹਾ ਪਹਿਲਾਂ 2-3 ਮਹੀਨੇ ਤੋਂ ਗੰਦਾ 2-3 ਮਹੀਨੇ ਬਹੁਤ ਗੰਦਾ ਆਉਂਦਾ ਰਿਹਾ ਇਹ ਡੀਸੀ ਸਾਹਿਬ ਦਾ ਧੰਨਵਾਦ ਜੀ ਅੱਜ ਪਾਣੀ ਸਾਫ਼ ਆਇਆ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਤੁਰੰਤ ਧਿਆਨ ਦਿੱਤਾ ਤੁਸੀਂ ਕਿਹੜੇ ਪਾਸੇ ਰਹਿੰਦੇ ਹੋ ਪ੍ਰੇਮ ਨਗਰ ਕੋਟ ਪਹਿਲਾਂ ਗੰਦਾ ਹੁੰਦਾ ਜੀ ਪਹਿਲਾਂ ਗੰਦਾ ਹਾਂਜੀ ਵਿਰਾਸੇ ਨਗਰ ਰਹਿੰਦੇ ਜੀ ਅਸੀਂ ਹੁਣ ਪਾਣੀ ਸਾਫ਼ ਪਹਿਲਾਂ ਗੰਦਾ ਹੁੰਦਾ ਪਹਿਲਾਂ ਗੰਦਾ ਹੁੰਦਾ ਜੀ 3 ਮਹੀਨੇ ਤੋਂ ਮੈਂ ਡੀਸੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੇ ਐਫਰਟਸ ਦੇ ਨਾਲ ਕਿਹੜਾ ਮਹੱਲਾ ਤੁਹਾਡਾ ਮਾਟਰ ਜੀ ਮੈਂ ਪ੍ਰਤਾਪ ਨਗਰ 'ਚ ਰਹਿੰਦਾ ਪਰ ਇੱਕ ਸਾਡਾ ਏਰੀਆ ਜਿਹੜਾ ਥੋੜ੍ਹਾ ਜਿਹਾ ਉੱਚੇ ਥਾਂ 'ਤੇ ਆ ਉੱਧਰ ਪਾਣੀ ਘੱਟ ਆਉਂਦਾ ਘੱਟ ਹੁੰਦਾ ਜੀ ਮੈਂ ਪੁਰਾਣੇ ਸ਼ਹਿਰ ਚੋਪੜਾ ਸਟਰੀਟ 'ਚ ਰਹਿੰਦਾ ਪਾਣੀ ਸਾਡੇ ਆਉਂਦਾ ਨਹੀਂ ਗਾ ਏ ਡੀ ਸੀ ਸਾਹਿਬ ਦੇ ਯਤਨਾਂ ਦੀ ਭਰਪੂਰ ਪ੍ਰਸ਼ੰਸਾ ਕਰ ਮਹਿਤਾ ਜੀ ਪਾਣੀ ਠੀਕ ਆਉਂਦਾ ਜੀ ਹੁਣ ਠੀਕ ਆ ਹਾਂਜੀ ਹਾਂਜੀ ਪਾਣੀ ਤਾਂ ਠੀਕ ਹੈ ਸਰ ਜੀ ਬਾਕੀ ਇੱਕ ਪੁੱਲ ਵਾਲਾ ਕੰਮ ਹੋ ਜਰੂਰ ਕਰਾਮ ਤਾਂ ਬਹੁਤ ਵਧੀਆ 3 ਮਹੀਨੇ ਹੋ ਗਏ ਉਸ ਪੁਰੇ ਜਿਹੜਾ ਕੋਟਕਪੂਰੇ ਬੱਤੀਆਂ ਵਾਲੇ ਚੌਂਕ ਤੋਂ ਮੁਕਤਸਰ ਨੂੰ ਜਾਣ ਵਾਲਾ ਪੁੱਲ ਹੈ ਉਹਦੇ ਹੇਠਾਂ ਜਿਹੜਾ ਪੱਟਿਆ ਪਿਆ ਸੀਵਰੇਜ ਵਾਲਾ ਉਹਦੇ ਕਰਕੇ ਸਮੱਸਿਆ ਉੱਥੇ ਪਾਣੀ ਸੀਵਰ ਵਾਲਾ ਹੀ ਮਿਲੀ ਜਾ ਰਿਹਾ ਹੈ ਤੇ ਉਹ ਬਹੁਤ ਜ਼ਿਆਦਾ ਵੱਡੀ ਸਮੱਸਿਆ ਜੀ ਕੱਲ ਏ ਡੀ ਸੀ ਸਾਹਿਬ ਦੇਖ ਕੇ ਗਏ ਨੇ ਹਾਂਜੀ ਬਹੁਤ ਬਹੁਤ ਧੰਨਵਾਦ ਏ ਡੀ ਸਾਹਿਬ ਦਾ ਜੀ ਹਾਂ ਠੀਕ ਆ ਤੁਹਾਡਾ ਕਿਹੜਾ ਮਹੱਲਾ ਜੀ ਰਾਮਗੜੀਆ ਜੀ ਰਾਮਗੜੀਆ ਮਹੱਲੇ ਦਾ ਪਰਲੇ ਪਾਸੇ ਰਹਿੰਦੇ ਤੁਸੀਂ ਜੋਤੀ ਮਾਡਲ ਸਕੂਲ ਵਾਲੀ ਗਲੀ ਜੋਤੀ ਮਾਡਲ ਸਕੂਲ ਵਾਲੀ ਗਲੀ ਆ ਸਾਫ਼ ਆ ਹਾਂਜੀ ਬਿਲਕੁਲ ਪਹਿਲਾਂ ਕਿਵੇਂ ਸੀ ਬਹੁਤ ਗੰਦਾ 2 ਮਹੀਨੇ ਹੋ ਗਏ ਲਗਾਤਾਰ ਜੀ ਬਹੁਤ ਗੰਦਾ ਆ ਰਿਹਾ ਸੀ ਲਓ ਜੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਪ੍ਰਸ਼ਾਸਨ ਦਾ ਇਸ ਗੱਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਸਖਤੀ ਨਾਲ ਚੁੱਕੇ ਕਦਮਾਂ ਕਰਕੇ ਸਾਨੂੰ ਸਾਫ਼ ਪਾਣੀ ਮੁਹੱਈਆ ਕਰਵਾਇਆ ਗਿਆ ਇਹ ਸਾਡੀਆਂ ਮੁੱਢਲੀਆਂ ਲੋੜਾਂ ਨੇ ਜ਼ਰੂਰਤਾਂ ਨੇ ਜਿਨ੍ਹਾਂ ਵੱਲ ਉਹਨਾਂ ਨੇ ਧਿਆਨ ਦਿੱਤਾ ਬਾਕੀ ਸਿਆਸਤਦਾਨ ਸਾਨੂੰ ਸਿਰਫ ਵੋਟਾਂ ਵੇਲੇ ਜ਼ਰੂਰ ਸਬਜ਼ਬਾਗ ਦਿਖਾਉਂਦੇ ਨੇ ਇਸ ਲਈ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਪ੍ਰਸ਼ਾਸਨਕ ਅਧਿਕਾਰੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਮੈਂ ਗੁਰਿੰਦਰ ਸਿੰਘ ਕੋਟਕਪੂਰਾ